ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 4 ਤੀਜਾ ਸਤ ਗੁਰ ਕੀ ਸੇਵਾ ਸਫਲ ਹਾ ਜੇ ਕੋ ਕਰੇ ਚਿਤ ਲਾ ਜਿੰਦਿਆ ਫਲ ਪਾਵਨਾ ਹੋਮੈ ਵਿੱਚ ਹੋ ਜਾਏ ਸਤ ਗੁਰ ਕੀ ਸੇਵਾ ਸਫਲ ਹਾ ਜੇ ਕੋ ਕਰੇ ਚਿਤ ਲਾਈ ਮਨ ਚਿੰਦਿਆ ਫਲ ਪਾਵਣਾ ਹੋਮ ਵਿੱਚ ਹੋ ਜਾਏ ਵੰਦਨ ਤੋੜਾ ਮੁਕਤ ਹੋਏ ਸੱਚੇ ਰਹਾ ਸਮਾਈ ਇਸ ਜਗ ਮਹਿ ਨਾਮ ਅਲਬਹਾ ਗੋਰਾ ਮੁਖ ਵਸੈ ਮਨ ਆਈ ਨਾਨਕ ਜੋ ਗੁਰ ਸੇਵ ਹੈ ਆਪਣਾ ਹਉ ਤਿਨ ਬਲਿਹਾਰਾ ਜਾਓ ਹੱਲਾ ਤਿੱਜਾ ਮਨ ਮੁਖ ਮੰਨ ਅਜਿਤ ਹੈ ਦੂਜਾ ਲੱਗਾ ਜਾਏ ਸਨੋ ਸੁਖ ਸੁਪਨਾ ਨਹੀਂ ਦੁਖੇ ਦੁਖ ਵਿਹਾਇ ਘਰ ਘਰ ਪੜ ਪੜ ਪੰਡਿਤ ਥਕੇ ਸਿੱਧ ਸਮਾਦ ਲਗਾਈ ਇਹੋ ਮਨ ਵਸ ਨਾ ਆਵਈ ਤੱਕੇ ਕਰਮ ਕਮਾਈ ਪੇਖ ਧਾਰੀ ਪੇਖ ਕਰ ਥੱਕੇ ਆਠ 60 ਤੀਰਥ ਨਾਈ ਮਨ ਕੀ ਸਾਰ ਨਾ ਜਾਣੀ ਹੋ ਮੈਂ ਪਰਮ ਪੁਲਾਇ ਗੁਰ ਪਰਸਾਦੀ ਭਉ ਪਿਆ ਵਡ ਭਾਗ ਵਸਿਆ ਮਾਨ ਆਏ ਵਸ ਹੋਆ ਹੋ ਮੈਂ ਸਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤ ਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਓੜੀ ਇਹ ਭੂਪਤ ਰਾਣੀ ਰੰਗੂ 3 4 ਸੁਹਾਵਣਾ ਇਹੋ ਮਾਇਆ ਰੰਗ ਕਸਮ ਕਿਨ ਮਹਿ ਲਹਿਜਾਵਣਾ ਚਲਦਿਆ ਨਾਲ ਨ ਚੱਲ ਸਿਰਪਾਪ ਲੇ ਜਾਮਣਾ ਜਾ ਪਕੜ ਚਲਾਇਆ ਕਾਲ ਤਾ ਖੜਾ ਡਰਾਮਣਾ ਓਹ ਵੇਲਾ ਹਾਥ ਥੇ ਨਾ ਆਵ ਫਿਰ ਪਸ਼ੂ ਤਾਵਣਾ ਜਾਂ ਪਕੜ ਚਲਾਇਆ ਕਾਲ ਤਾ ਖਰਾ ਡਰਾਮਣਾ ਤਨ ਨ ਆਵ ਫਿਰ ਪਸ਼ੂ ਤਾਵਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ